ਕਿਵੇਂ ਦਾ ਰਹਿਣ ਸਹਿਣ ਸੀ ਉਹਨਾਂ ਦਾ ਇੱਥੇ? ਬੜਾ ਚੰਗਾ ਰਹਿਣ ਸਹਿਣ ਸੀ ਉਹਨਾਂ ਦਾ, ਮੁਸਲਮਾਨਾਂ ਦੇ ਨਾਲ? ਮੁਸਲਮਾਨਾਂ ਬੜਾ ਤਰੀਕਾ ਅੱਛਾ ਸੀ ਉਹਨਾਂ ਦਾ। ਉਹਨਾਂ ਨੂੰ ਤੋਰਿਆ ਵੀ ਚਵੀ ਨਸੀਬ ਜੀ ਨੇ, ਇਸ ਤਰ੍ਹਾਂ ਜੀ ਮੈਂ ਘਰੋਂ ਮਹਿਮਾਨ ਤੋਰੀ ਦੇ। ਅੱਛਾ, ਹਾਂਜੀ, ਜਦੋਂ 47 'ਚ ਗਏ ਨੇ? ਜਾ ਗਏ ਨੇ, ਹਾਂ ਠੀਕ ਹੈ। ਇੱਕ ਰਾਮਾ ਸੀ, ਇੱਕ ਚੁੰਨੀ ਸ਼ਾਹ ਸੀ, ਇੱਕ ਕੁੰਦਲ ਸ਼ਾਹ ਸੀ, ਠੀਕ ਹੈ, ਹਾਂਜੀ, ਇਸ ਤਰ੍ਹਾਂ ਕਰਕੇ ਨਾਂ ਹਨ। ਇਹ ਗਿਰਦਾਰੀ ਸੀ, ਇੱਕ ਇਹਨਾਂ ਬੁੱਧ ਬੋਧੂਆਂ ਦੇ ਹਨ, ਬੁੱਧ ਬੋਧੂ। ਤੁਹਾਡਾ ਬੇਲੀ ਕਿਹੜਾ ਸੀ? ਬੋਧੂ ਸੀ, ਬਾਹਮਣ। ਅੱਛਾ, ਬਾਹਮਣ ਸੀ। ਹਾਂ, ਉਹ ਤੁਹਾਡਾ ਹਾਣੀ ਸੀ? ਹਾਂ, ਬਿਲਕੁਲ ਹਾਣੀ ਸੀ। ਹਾਂ, ਇਕੱਠੇ ਖੇਡਦੇ ਹੁੰਦੇ ਸੀ? ਯਾ, ਠੀਕ ਹੈ। ਫਿਰ ਵੰਡ ਹੋ ਗਈ, ਦੋ ਮੁਲਕ ਬਣ ਗਏ। ਹਾਂ, ਠੀਕ ਹੈ। ਅਤੇ ਇੱਥੇ ਜਿਹੜੇ ਖੱਤਰੀ ਸਨ ਉਹ ਆਰਾਮ ਨਾਲ ਇੱਥੋਂ ਚਲੇ ਗਏ? ਕੋਈ ਕਤਲੋ ਗਾਰਤ ਕੋ ਕਿਸੇ ਨੇ ਹਮਲਾ? ਨਾ, ਕੋਈ ਹੋਇਆ ਵੀ ਨਹੀਂ ਕਿਸੇ ਹੱਥ। ਅੱਛਾ, ਅਸਲਾਮ ਵਾਲੇਕਮ, ਮੈਂ ਤੁਹਾਡਾ ਮਿੱਤਰ ਜ਼ਹੀਰ ਅਬਾਸ ਮੰਚ। ਅੱਜ ਪੀ ਕੇ ਬਿਰਸਾ ਦੀ ਟੀਮ ਪਹੁੰਚੀ ਹੈ ਜ਼ਿਲ੍ਹਾ ਗੁਜਰਾਂਵਾਲਾ ਦਾ ਇੱਕ ਬਹੁਤ ਹੀ ਮਸ਼ਹੂਰ ਕਸਬਾ ਅਹਿਮਦਨਗਰ ਚੱਠਾ। ਇੱਥੇ ਅੱਜ ਅਸੀਂ ਬਜ਼ੁਰਗਾਂ ਨਾਲ ਮਿਲਾਂਗੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਔਰ 1947 ਤੋਂ ਪਹਿਲੇ ਅਹਿਮਦਨਗਰ ਚੱਠਾ ਦੇ ਅੰਦਰ ਕਿਹੜੀ ਕਿਹੜੀਆਂ ਬਰਾਦਰੀਆਂ ਔਰ ਕਿਹੜੇ ਕਿਹੜੇ ਮਜ਼ਹਬ ਦੇ ਲੋਕ ਰਹਿੰਦੇ ਸਨ, ਇਹ ਇਹਨਾਂ ਨਾਲ ਗੱਲਬਾਤ ਕਰਾਂਗੇ। ਅਸਲਾਮ ਵਾਲੇਕਮ ਬਾਬਾ ਜੀ, ਕੀ ਹਾਲ? ਠੀਕ ਹੋ? ਸਿਹਤ ਵੀ ਠੀਕ ਹੈ? ਅੱਲਾ ਦਾ ਫਜ਼ਲ। ਨਾਂ ਦੱਸੋ ਕੀ ਹੈ ਆਪਣਾ? ਨਾਮ ਦੱਸੋ ਕੀ ਹੈ? ਅੱਲਾ ਰੱਖ, ਸੇਠ ਅੱਲਾ ਰੱਖਾ, ਸੇਠ ਅੱਲਾ ਰੱਖਾ। ਵਾਲਦ ਸਾਹਿਬ ਦਾ ਕੀ ਨਾਮ ਹੈ? ਮੁਹੰਮਦ ਇਬਰਾਹਿਮ। ਮੁਹੰਮਦ ਇਬਰਾਹਿਮ, ਇਬਰਾਹਿਮ। ਅਤੇ ਦਾਦਾ ਪੂ ਦਾ ਨਾਮ ਵੀ ਯਾਦ? ਮੁਹੰਮਦ ਇਮਾਮ ਦੀਨ। ਠੀਕ ਹੋ ਗਿਆ, ਸਹੀ ਹੈ। ਅਤੇ ਅਹਿਮਦਨਗਰ ਚੱਠੇ ਅਸੀਂ ਬੈਠੇ ਹਾਂ, ਇਹਦੇ ਆਲੇ ਦੁਆਲੇ ਜਿਹੜੇ ਹੋਰ ਮਸ਼ਹੂਰ ਪਿੰਡ ਨੇ ਉਹਨਾਂ ਦੇ ਨਾਂ ਦੱਸੋ ਜ਼ਰਾ ਕੀ ਨੇ? ਫਿਰ ਨਾਂ ਲੱਦਿਆਲਾ ਚੀਮਾ ਜੀ, ਜੀ ਸਾਰੋ ਕੀ ਚੀਮਾ, ਸਾਰੋ ਕੀ, ਠੀਕ ਹੈ। ਅੱਛਾ, ਅੱਗੋਂ ਗਿੱਲ ਵਾਲਾ ਵੀ ਚੀਮਿਆ ਦਾ ਜੀ, ਅੱਗੋਂ ਫਿਰ ਕਾਲੇ ਵਾਲਾ ਵੀ ਚੀਮਿਆ ਦਾ, ਠੀਕ ਹੈ। ਹਾਂਜੀ, ਇੱਧਰ ਡੂੰਗਰਗੜੀ, ਅੱਛਾ, ਇਹ ਖੱਤਰੀਆਂ ਦੀ ਸਿੱਖਾਂ ਦੀ ਡੂੰਗਰਗੜੀ, ਡੂੰਗਰਗੜੀ, ਠੀਕ ਹੈ। ਕਾਲੂ ਚੀਮਾ ਚੀਮਿਆ ਦਾ, ਆਮ ਦਾ ਨਗਰ ਚੱਠਿਆਂ ਦਾ, ਪੀਰਾ ਠੱਠਾ ਚੱਠਿਆਂ ਦਾ, ਜਗਨਾ ਚੱਠਿਆਂ ਦਾ, ਲੋਰੀ ਚੱਠਿਆਂ ਦਾ, ਮਨਚਰ ਚੱਠਿਆਂ ਦਾ, ਹਾਂਜੀ, ਉਹ ਕਿੰਨੇ ਕੁ ਪਿੰਡ ਪੁੱਛ ਰਹੇ? ਲਾਸਟ ਚੀਮਿਆਂ ਦੇ, ਹਾਂਜੀ, ਤਹਿਸੀਲ ਕਿਹੜੀ ਹੈ ਇਹਦੀ? ਅਹਿਮਦਨਗਰ ਚੱਠੇ ਦੀ? ਵਜ਼ੀਰਾਬਾਦ, ਵਜ਼ੀਰਾਬਾਦ, ਵਜ਼ੀਰਾਬਾਦ। ਅੱਛਾ ਸੇਠ ਸਾਹਿਬ, ਗੱਲ ਅਸੀਂ ਕਰਨੀ ਹੈ 1947 ਤੋਂ ਪਹਿਲੇ ਦੇ ਅਹਿਮਦਨਗਰ ਚੱਠੇ ਦੀ। ਇੱਥੇ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸਨ, ਕਿਹੜੇ ਕਿਹੜੇ ਮਜ਼ਹਬ ਦੇ ਲੋਕ ਇੱਥੇ ਰਹਿੰਦੇ ਸਨ, ਔਰ ਆਪਸ ਦੇ ਵਿੱਚ ਉਹਨਾਂ ਦਾ ਮੇਲ ਜੋਲ ਭਾਈਚਾਰਾ ਕਿਸ ਤਰ੍ਹਾਂ ਦਾ ਸੀ? ਭਾਈਚਾਰਾ ਇੱਥੇ ਸਹੀ ਰਿਹਾ, ਖੱਤਰੀ ਸਨ। ਅੱਛਾ, ਸਿੱਖਾਂ ਦੇ ਦੋ ਘਰ ਹੀ ਸਨ? ਅਤੇ ਦੋ ਘਰ ਸੀ ਸਿੱਖਾਂ ਦੇ? ਹਾਂ, ਖੱਤਰੀ ਜ਼ਿਆਦਾ ਸੀ ਇਸ ਪਿੰਡ? ਖੱਤਰੀ ਜ਼ਿਆਦਾ, ਹਾਂ, ਇਹ ਘਰ ਬਾਹਮਣਾਂ ਦਾ। ਅੱਛਾ, ਬਾਹਮਣਾਂ ਦਾ ਸੀ। ਖੱਤਰੀਆਂ ਦੇ ਕਿੰਨੇ ਕੁ ਘਰ ਸਨ? ਖੱਤਰੀਆਂ ਮੇਰੇ ਹੁਣ 40-50 ਘਰ। ਅੱਛਾ, ਹਾਂਜੀ, ਠੀਕ ਹੈ। ਅਤੇ ਔਰ ਜ਼ਿਮੀਂਦਾਰ ਸੀ ਜਾਂ ਕਿ ਉਹ ਕਾਰੋਬਾਰ ਕਰਦੇ ਸੀ, ਦੁਕਾਨਦਾਰੀ ਕਰਦੇ? ਦੁਕਾਨਦਾਰੀ ਕਰਦੇ ਹਨ ਦੋ ਭਰਾ, ਜੱਜ ਅਤੇ ਲਾਲਾ ਕੁੰਤਰਾ। ਅੱਛਾ, ਇਹ ਚਾਚੇ ਬਾਬੇ ਦੇ ਹਨ ਦੋਵੇਂ, ਠੀਕ ਹੈ। ਅਤੇ ਉਹ ਮਾਲਕ ਸਨ ਬੜੇ ਵੱਡੇ। ਅੱਛਾ, ਹਾਂਜੀ। ਕਿੰਨੀ ਪੈਲੀ ਸੀ ਉਹਨਾਂ ਦੀ ਇੱਥੇ ਅੰਦਾਜ਼ਨ? ਅੰਦਾਜ਼ਨ ਮੇਰਾ ਗਿਆ ਕੋਈ 100 ਕਿੱਲਾ ਦੇ ਰਹੀ ਹੋਣੀ ਹੈ ਨਿਆਮਤ ਦੀ। ਅੱਛਾ, 100 ਦੇ ਉੱਤੇ ਹੀ ਹੋਣੀ, 100 ਦੇ ਉੱਤੇ ਹੋਣੀ, ਠੀਕ ਹੈ। ਅਤੇ ਖੂਹ ਉਹਨਾਂ ਦੇ ਕਿੰਨੇ ਸਨ ਇੱਥੇ? ਖੂਹ ਇਹਨਾਂ ਦੇ ਸਨ 4-5। ਨਾਂ ਯਾਦ ਨੇ ਖੂਹਾਂ ਦੇ ਤੁਹਾਨੂੰ? ਨਾਂ ਮਿਲ ਗਿਆ ਉਹਨਾਂ ਦੇ? ਨਹੀਂ, ਤੁਹਾਨੂੰ ਯਾਦ ਨੇ ਖੂਹਾਂ ਦੇ ਨਾਂ? ਵੈਸੇ ਖੂਹ ਇੱਕ ਉਹਨਾਂ ਦਾ ਹੁੰਦਾ ਸੀ ਯਾ ਕ੍ਰਿਸ਼ਨ ਵਾਲਾ। ਅੱਛਾ, ਇਹਦਾ ਪਤਾ ਹੈ ਕੋਈ ਕਾਲੂ ਚੀਮੇ ਜਿੰਮੀ ਸੀ ਉਹਨਾਂ ਦੀ, ਕੋਈ ਇੱਥੇ ਆਮਦਨ ਜਿੰਮੀ ਸੀ, ਇੱਕ ਖੂਹੀ ਸੀ ਲਾਲਾ ਦੀ, ਖੂਹੀ ਲਾਲਾ ਦੀ ਕਰਕੇ ਆਉਂਦੇ ਹਾਂ, ਲਾਲਾ ਦੀ ਖੂਹੀ, ਜਿਸ ਸੈਰ ਕਰਦਾ ਹੁੰਦਾ ਸੀ। ਅੱਛਾ, ਇਹਨਾਂ ਦੋ ਖੂਹਾਂ ਦਾ ਉਹਦਾ ਪਤਾ ਲਾਲਾ, ਠੀਕ ਹੋ ਗਿਆ। ਯਾਨੀ ਕਿ ਅਹਿਮਦਨਗਰ ਚੱਠੇ ਦੇ ਸਿਰ ਕੱਢਵੇਂ ਬੰਦਿਆਂ ਵਿੱਚ ਉਹਨਾਂ ਦਾ ਨਾਮ ਸੀ ਖੱਤਰੀਆਂ ਦਾ, ਅਹਿਮਦਨਗਰ ਚੱਠੇ ਦੇ ਜਿਹੜੇ ਉਹ ਹੈ ਮੋਟੇ ਮੋਟੇ ਨਾਂ ਹੈ ਫਿਰ ਉਹ ਇੱਕ ਨਾ ਲਾਲਾ ਕੁੰਤਰਾ। ਅੱਛਾ ਜੀ, ਅਤੇ ਇੱਕ ਉਹ ਜੱਜ ਸੀ ਉਹਦੇ ਨਾਂ ਹੋਰ ਕੀ ਸੀ ਪਤਾ ਨਹੀਂ, ਭੁੱਲ ਗਿਆ। ਇੱਕ ਰਾਮਾ ਸੀ, ਇੱਕ ਚੁੰਨੀ ਸ਼ਾਹ ਸੀ, ਅੱਛਾ, ਇੱਕ ਕੁੰਦਲ ਸ਼ਾਹ ਸੀ, ਠੀਕ ਹੈ, ਹਾਂਜੀ, ਇਸ ਤਰ੍ਹਾਂ ਕਰਕੇ ਨਾਂ ਹਨ। ਇਹ ਗਿਰਦਾਰੀ ਸੀ, ਇੱਕ ਨਾ ਬੁੱਧ ਬੋਧੂਆਂ ਦੇ ਹਨ, ਬੁੱਧ ਬੋਧੂ। ਤੁਹਾਡਾ ਬੇਲੀ ਕਿਹੜਾ ਸੀ? ਬੋਧੂ ਸੀ, ਬਾਹਮਣ। ਅੱਛਾ, ਬਾਹਮਣ ਸੀ, ਹਾਂ, ਉਹ ਤੁਹਾਡਾ ਹਾਣੀ ਸੀ? ਹਾਂ, ਬਿਲਕੁਲ ਹਾਣੀ ਸੀ। ਹਾਂ, ਇਕੱਠੇ ਖੇਡਦੇ ਹੁੰਦੇ ਸੀ? ਯਾ, ਠੀਕ ਹੈ। ਅਤੇ ਕਿਵੇਂ ਦਾ ਰਹਿਣ ਸਹਿਣ ਸੀ ਉਹਨਾਂ ਦਾ ਇੱਥੇ? ਬੜਾ ਚੰਗਾ ਰਹਿਣ ਸਹਿਣ ਸੀ ਉਹਨਾਂ। ਅੱਛਾ, ਮੁਸਲਮਾਨਾਂ ਦੇ ਨਾਲ? ਮੁਸਲਮਾਨਾਂ ਬੜਾ ਤਰੀਕਾ ਅੱਛਾ ਸੀ ਉਹਨਾਂ ਦਾ। ਅੱਛਾ,
ਉਹਨਾਂ ਨੂੰ ਤੋਰਿਆ ਵੀ ਚੌਵੀ ਨਸੀਬ ਦੀ ਨੇ, ਇਸ ਤਰ੍ਹਾਂ ਜਿਵੇਂ ਘਰੋਂ ਮਹਿਮਾਨ ਤੋਰੀ ਦੇ ਨੇ। ਅੱਛਾ, ਹਾਂਜੀ, ਜਦੋਂ 47 'ਚ ਗਏ ਨੇ ਗਏ ਨੇ, ਹਾਂ ਠੀਕ ਹੈ। ਯਾਨੀ ਕਿ ਇੱਥੇ ਦੇ ਵਿਆਹਾਂ ਸ਼ਾਦੀਆਂ 'ਤੇ ਉਹਨਾਂ ਦਾ ਆਉਣ ਜਾਣ? ਆਹੋ ਬਿਲਕੁਲ, ਫਿਰ ਆਉਣ ਜਾਣ ਤਾਂ ਫਿਰ ਹੁੰਦੇ ਸੀ, ਸ਼ਾਮ ਉਹਨਾਂ ਦਾ ਮਜ਼ਬ ਬਹੁਤ ਹੀ ਜ਼ਿਆਦਾ ਹੋਰ ਸੀ। ਹਾਂਜੀ, ਹਾਂ, ਹੁਣ ਮਿਲਦ ਗਿਲ ਤੋਂ ਨੇ ਸਾਰੇ ਮੁਸਲਮਾਨਾਂ ਨਾਲ ਬੜੀ ਅੱਛੀ ਸੀ। ਇਹ ਚੱਠੇ ਜਿਹੜੇ ਵੱਡੇ ਘਰ ਦੋ ਛੱਡ ਗਏ, ਹਾਂਜੀ, ਸਾਰੇ ਉਹਨਾਂ ਕੋਲ ਸੌਦਾ ਲੈ ਜਾਂਦੇ 10,000। ਅੱਛਾ, ਹਾਂਜੀ, ਸਹੀ ਹੈ। ਹਾਂ, ਅਤੇ ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅਹਿਮਦਨਗਰ ਚੱਠੇ ਦੇ ਉਸ ਟਾਈਮ ਹੋਰ ਜਿਹੜੇ ਮਸ਼ਹੂਰ ਬੰਦੇ ਸੀ ਉਸ ਦੌਰ ਦੇ ਵਿੱਚ, ਉਹਨਾਂ ਦੇ ਨਾਂ ਦੱਸੋ ਕਿਹੜੇ, ਮੁਸਲਮਾਨ ਵੀ ਅਤੇ ਖੱਤਰੀ ਵੀ? ਉਹ ਮਸ਼ਹੂਰ ਬੰਦੇ ਸੀ ਜੋ ਚੌਧਰੀ ਨਸੀਰ ਦੀਨ ਸੀ। ਠੀਕ ਹੈ, ਚੌਧਰੀ ਨਸੀਰ ਸਾਹਿਬ ਜਿਹੜੇ ਸੀ ਇਹ ਅਹਿਮਦ ਨਗਰ ਚੱਠਾ ਸਾਹਿਬ ਦੇ ਕੀ ਲੱਗਦੇ ਸੀ? ਦਾਦਾ, ਦਾਦਾ ਅਬੂ ਸੀ, ਦਾਦਾ। ਠੀਕ ਹੈ, ਚੌਧਰੀ ਸ਼ਰਾਬ ਜੀ ਨੇ ਦਾ ਵਾਲਾ ਸਾਹਿਬ। ਠੀਕ ਹੈ, ਠੀਕ ਹੈ, ਚੌਧਰੀ ਨਸੀਰ ਜੀ ਤਾਂ ਜਾਣਦੇ ਹਾਂ, ਕੁਛ ਕਰਮ ਲਈ ਜੇ ਇਹ ਨਹੀਂ ਜਾਣਦੇ ਉਹ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਅਤੇ ਅੱਛਾ, ਜਦੋਂ 1947 ਦੇ ਵਿੱਚ ਫਿਰ ਵੰਡ ਹੋ ਗਈ, ਦੋ ਮੁਲਕ ਬਣ ਗਏ, ਠੀਕ ਹੈ, ਅਤੇ ਇੱਥੇ ਜਿਹੜੇ ਖੱਤਰੀ ਸਨ ਉਹ ਆਰਾਮ ਨਾਲ ਇੱਥੋਂ ਚਲੇ ਗਏ? ਕੋਈ ਕਤਲੋ ਗਾਰਤ ਕੋ ਕਿਸੇ ਨੇ ਹਮਲਾ ਨਾ, ਕੋਈ ਹੋਏ ਵੀ ਨਹੀਂ ਕਿਹਾ ਕਿ। ਅੱਛਾ, ਪਿਆਰ ਮੁਹੱਬਤ ਨਾਲ ਉਹਨਾਂ ਨੂੰ? ਹਾਂ, ਗੱਡੀ ਚਾਰ ਕੇ ਗੱਲੇ ਆ, ਗੱਡੀ ਚਾਰ ਕੇ ਮੁੰਡੇ ਦੀ ਗੱਡੀਆਂ ਨਹੀਂ। ਹਾਂ, ਅਤੇ ਜਦੋਂ ਜਾ ਰਹੇ ਹੋਣੇ ਨੇ ਉਦੋਂ ਰੋਂਦੇ ਤਾਂ ਹੋਣੇ ਨੇ ਉਹ? ਬੜੀ ਚੱਲਣਾ ਕੋ ਗੱਲ ਆ ਜਿਹੜੇ ਗਾਲ। ਠੀਕ ਹੋ ਗਿਆ। ਹਾਂ, ਕੋਈ ਉਹਨਾਂ ਦੀ ਲੁੱਟ ਮਾਰ ਨਹੀਂ ਹੋਈ। ਅੱਛਾ, ਜਿਹੜਾ ਸਮਾਨ ਉਹਨਾਂ ਕੋਲ ਨਕਦਾ ਲਾਈ ਸੀ ਉਹੀ ਖਾਣਾ ਖਾਣੀ ਆ, ਉਹ ਭਾਂਡਾ ਡਿੰਗਦਾ ਤਾਂ ਨਹੀਂ ਇਹਨੂੰ ਲੈ ਗਿਆ ਨਾਲ। ਜੀ ਜੀ, ਹਾਂ, ਠੀਕ ਹੈ, ਯਾਨੀ ਕਿ ਪਿਆਰ ਮੁਹੱਬਤ ਨਾਲ ਇੱਥੋਂ? ਹਾਂ, ਬਿਲਕੁਲ ਬਿਲਕੁਲ, ਤੋਰਿਆ। ਹਾਂ, ਠੀਕ ਹੈ, ਅਤੇ ਤੁਹਾਡੀ ਉਮਰ ਉਸ ਟਾਈਮ ਤੁਸੀਂ ਮੈਨੂੰ ਦੱਸਿਆ ਕਿ 14 ਸਾਲ ਸੀ? ਹਾਂ, ਇਹਨੇ 14 ਸਾਲ। ਅਤੇ ਸਕੂਲੇ ਵੀ ਜਾਂਦੇ ਸੀ ਕਿ ਨਹੀਂ? ਹੈਂ, ਸਕੂਲ ਜਾਂਦੇ ਰਹੇ ਹੋ ਜਾਂ ਨਹੀਂ? ਨਹੀਂ, ਮੈਂ ਨਹੀਂ ਸਕੂਲ ਗਏ। ਸਕੂਲ ਉਦੋਂ ਕਿੰਨਵੀਂ ਤੱਕ ਹੁੰਦਾ ਸੀ ਅਹਿਮਦ ਨਗਰ ਚੱਠੇ 'ਚ? ਇੱਥੇ ਸਕੂਲ ਉਦੋਂ ਤਾਂ ਮੇਰਾ ਖਿਆਲ 5-7 ਮਾਤਾ ਪੜ੍ਹਦੇ ਹਨ। ਠੀਕ, ਹਾਂ, ਹੁਣ ਤਾਂ 12 ਵਜੇ ਇੱਥੇ ਪੜ੍ਹ। ਅਤੇ ਉਦੋਂ ਮੈਨੂੰ ਦੱਸੋ ਕਿ ਖੇਡਾਂ ਕਿਹੜੀਆਂ ਤੁਸੀਂ ਇੱਥੇ ਖੇਡਦੇ ਹੁੰਦੇ ਸੀ? ਖੇਡਾਂ ਕਿਹੜੀਆਂ ਖੇਡੀਆਂ? ਮੁੰਡੇ ਛੁੰਡੇ ਕਬੱਡੀ ਖੇਡੀ। ਅੱਛਾ, ਤੁਸੀਂ ਖੇਡਦੇ ਰਹੇ ਕੌਡੀ? ਹੈਂ, ਕੌਡੀ ਖੇਡਦੇ ਰਹੇ ਹੋ ਤੁਸੀਂ? ਆਹੋ, ਕੌਡੀ ਖੇਡੀ ਜਾਂ ਉਦੋਂ ਖੇਡੇ ਗੁੱਲੀ ਡੰਡਾ ਖੇਡਿਆ ਪਿਆ, ਕੌਡੀ ਕੌਡੀ ਪਿਆ ਖੇਡਿਆ ਪਿਆ, ਇਹ ਤਾਂ ਹੋਰ ਆ ਗੁੱਲੀਆਂ ਤਮਾਸ਼ੇ। ਅੱਛਾ ਅੱਛਾ, ਸਹੀ ਠੀਕ ਹੋ ਗਿਆ। ਅਤੇ ਬਾਕੀ ਹੋਰ ਜਿਹੜੇ ਨੇੜੇ ਤੇੜੇ ਪਿੰਡ ਆਏ ਨੇ, ਇੱਥੇ ਵੀ ਸਿੱਖ ਔਰ ਹਿੰਦੂ ਰਹਿੰਦੇ ਸਨ? ਆਹੋ, ਡੂੰਗੋਗੜੀ ਸਿੱਖ ਰਹਿੰਦੇ ਹਨ। ਅੱਛਾ, ਕਾਲੇ ਵਾਲੇ ਸਿੱਖ ਰਹਿੰਦੇ ਹਨ। ਠੀਕ ਹੈ, ਲੱਦੇ ਵਾਲੇ ਬੜੇ ਰਹਿੰਦੇ ਹਨ। ਉਹਨਾਂ ਨਾਲ ਵੀ ਹੈ ਸੀ ਕੋ ਆਉਣ ਜਾਣ? ਕੋ ਸਲਾਮ ਨਾਨਕੇ ਨੇ, ਪਰ ਉਹ ਸਾਡੇ ਗਏ ਨਹੀਂ, ਉਹ ਫੌਜ ਹੋ ਗਿਆ ਸਾਡੀ ਹੋਸ਼ ਤੋਂ ਪਹਿਲੇ। ਅੱਛਾ, ਮਾਮਾ ਸਾਡਾ ਇੱਥੇ ਆ ਗਿਆ। ਠੀਕ, ਉਹ ਵੀ ਛੋਟਾ ਜਿਹਾ। ਅਤੇ ਮਤਲਬ ਕਾਲੇ ਵਾਲੀ ਜਾਂ ਲੱਦੇ ਵਾਲੇ ਜਿਹੜੇ ਸਿੱਖ ਸਨ, ਇਹਨਾਂ ਨਾਲ ਕੋਈ ਆਉਣ ਜਾਣ ਹੈ ਸੀ ਕੋਈ? ਵੱਡਿਆਂ ਦਾ ਵਿਹਲਾ ਐਡਾ, ਮੇਰਾ ਤਾਂ ਕੋਈ ਨਹੀਂ ਨਾ, ਅਸੀਂ ਬਾਹਰ ਹੀ ਹੈਗੇ ਹਾਂ। ਹਾਂਜੀ, ਨਹੀਂ ਵੱਡਿਆਂ ਕੋਲ ਤਾਂ ਆਉਂਦੇ ਹੋਣੇ, ਕੋਈ ਨਾਮ ਸ਼ਾਮ ਯਾਦ ਨਹੀਂ ਕਿਸੇ ਦੇ? ਨਹੀਂ ਨਹੀਂ, ਬੰਦਾ ਪਿਆ ਪਿੰਡ ਦਿਆਂ ਦੇ ਨਾਂ ਯਾਦ ਨੇ। ਅੱਜ 5-7 ਬੰਦੇ ਹੈਗੇ। ਹਾਂਜੀ, ਮਰੋੜ ਲਾਲ ਸੀ। ਠੀਕ ਹੈ, ਹਾਂਜੀ, ਇਹ ਘਰੀਆ ਅਤੇ ਅੰਬਰ ਦੋ ਭਰਾ ਸਨ। ਦੋ ਭਰਾ ਸੀ। ਹਾਂ, ਅਤੇ ਕੋਈ ਗੱਲ ਸਾਨੂੰ ਸੁਣਾਓ ਉਸ ਦੌਰ ਦੀ, ਜਦੋਂ ਸਿੱਖ ਮੁਸਲਮਾਨ ਅਤੇ ਹਿੰਦੂ ਅਹਿਮਦ ਨਗਰ ਚੱਠੇ ਦੇ ਵਿੱਚ ਇਕੱਠੇ ਪਿਆਰ ਮੁਹੱਬਤ ਨਾਲ ਰਹਿੰਦੇ? ਇਹ ਜਿਵੇਂ ਹੁਣ ਇੱਥੇ ਰਹਿੰਦੇ ਨੇ ਮੁਸਲਮਾਨ, ਇਸ ਤਰ੍ਹਾਂ ਉਹ ਇੱਥੇ ਅਮਰ ਮਾਨ ਨਾਲ ਕੋਈ ਗੱਲਬਾਤ ਨਹੀਂ ਸੀ ਹੁੰਦੀ। ਸਹੀ, ਹਾਂ, ਉਹ ਰਾਜ ਉਹਨੀਆਂ ਖੱਤਰੀਆਂ ਦੇ ਸਾਰੇ ਦਾਰ ਜੋ ਉਹਨਾਂ ਕੋਲ ਲੈਂਦੇ ਸਨ। ਅੱਛਾ, ਉਹ ਫਿੱਟੇ ਸਨ ਅੱਗੇ ਇਹਨਾਂ ਚੌਧਰੀਆਂ ਕੋਲ, ਤਾਂ ਹੁਣ ਟੁੱਕਰ ਆਇਆ ਵੱਡੇ ਘਰ ਤੋਂ ਹੀ ਵੱਡੇ ਹਨ ਨਾ। ਜੀ ਜੀ, ਅਜੇ ਜਿਹੜੇ ਛੋਟੇ ਨੇ ਉਹ ਖੱਤਰੀਆਂ ਦੁਕਾਨਾਂ ਹਨ ਬੜੀਆਂ ਵੱਡੀਆਂ, ਉਹਨਾਂ ਕੋਲ ਸੌਦਾ ਸ਼ੌਦਾ ਸਾਰੇ ਲੈ ਕੇ ਲੈਂਦੇ, ਸਾਰੇ ਉਹਨਾਂ ਕੋਲ ਸੌਦਾ ਲੈਂਦੇ ਸੀ ਸਾਰੇ। ਠੀਕ ਹੋ ਗਿਆ। ਅਤੇ ਤੁਸੀਂ ਕੱਲ੍ਹ ਮੈਨੂੰ ਇੱਕ ਸੁਣਾਇਆ ਸੀ ਵਾਕਿਆ ਕਿ ਮੈਂ ਗਿਆ ਉਹਨਾਂ ਦੇ ਕੋਲ, ਕੀ ਨਾਮ ਸੀ ਉਹਨਾਂ ਦਾ? ਕਿ ਉਹ ਕੰਮ ਨਹੀਂ ਮੈਨੂੰ ਲੱਭਦਾ ਪਿਆ ਅਤੇ ਲਾਲਾ ਘੁੰਮਦਰਾ, ਲਾਲਾ ਘੁੰਮਦਰਾ ਸੀ ਨਾ? ਅੱਛਾ, ਉਹ ਸੁਣਾਓ ਕੱਲ੍ਹ। ਉਹ ਬੰਦੇ ਜਾਂਦੇ ਹਨ ਨਾ, ਕੋਈ ਮਜ਼ਦੂਰ ਜਿਹੜਾ ਹੋਵੇ ਵਿਹਲਾ। ਅੱਛਾ, ਲਾਲਾ ਜੀ ਅੱਜ ਮੇਰੇ ਕੋਲ ਪੈਸਾ ਕੁੜੀ ਜਾਈ ਵੀ ਕੋਈ ਨਹੀਂ ਲੱਗੀ। ਅੱਛਾ, ਜਾ ਉਸ ਡੇਮੂ ਮਾਰਿਆ, ਕ੍ਰਿਸ਼ਨ ਨਾਲ ਲਗਾ ਜਾ, ਖੂਹੀ 'ਤੇ ਲਗਾ ਜਾ। ਅੱਛਾ, ਉਹ ਡੇਮੂ ਜਿਹੜੇ ਗੋਟ ਦਾ ਮਾਰ ਜਾ ਕੇ ਦਿਹਾੜੀ ਲੈ ਲਈ, ਉਹ ਰੀਸਾ ਵੀ ਸੀ। ਅੱਛਾ, ਹਾਂ, 100-150 ਕਿੱਲੇ ਦਾ ਮਾਲ ਵੀ ਸੀ।
ਤੇ ਤੁਹਾਡੀ ਸ਼ਾਦੀ ਕਿੱਥੇ ਹੋਈ ਫਿਰ? ਇਹਦੇ ਕੋਟ ਕਾਦਰ ਬਖਸ਼ ਦੇ ਕੋਟ ਕਾਦਰ ਬਖਸ਼ ਉਹ ਤਾਂ ਫਿਰ 1947 ਤੋਂ ਬਾਅਦ 'ਚ ਹੋਈ ਹੋਣੀ ਉਹ ਸੋਚਣਾ 17 ਦੀ ਜੱਸੀਆਂ ਦੀ ਗਾਂ ਲਈ ਸ਼ਹਿਰੋਂ ਅੱਛਾ ਉਹ ਗੱਲ ਸੁਣਾਉਂਦਾ ਤੇ ਉਹ ਜੋ ਇਕਬਾਲ ਹੈ ਸਾਡੇ ਚ ਕੀ ਆ ਠੀਕ ਹੈ ਉਹ ਗਾਂ ਵੇਖੀ ਤੇ ਉਹਦਾ ਕਿਹਾ ਗਾਂ ਦੇ ਛੱਡੋ 20 ਰੁਪਏ ਨਫ਼ਾ ਲੈ ਲਓ ਅੱਛਾ ਉਹਨਾਂ ਆਖਿਆ ਹਾਂਜੀ ਦੇ ਦੀ ਹਜ਼ਾਰੂ ਨੂੰ ਆਖਿਆ ਗਾਂ ਲਿਆ ਖੋਲ ਕੇ ਅੱਛਾ ਉਹ ਹਜ਼ਾਰੂ ਦੀਆਂ ਉੱਥੇ ਮਿਆਰਾਂ ਦੀਆਂ ਕੁੜੀਆਂ ਦੋ ਵਿਆਹੀਆਂ ਹਨ ਉੱਥੇ ਅੱਛਾ ਉਸ ਪਿੰਡ ਉਹ ਪਿੰਡ ਠੀਕ ਹੈ ਉਹ ਇੱਕੋ ਡੇਰਾ ਸੀ ਉਹਨਾਂ ਸਾਰਿਆਂ ਦਾ ਅਤੇ ਉਹ ਹਜ਼ਾਰੂ ਡਿਗਰੇ ਲਾਇਆ ਗਾਂ ਸ਼ਾਹ ਵੇਖੀ ਟਿਕਾਣਾ ਵੇਖਿਆ ਅਤੇ ਕੁੜੀਆਂ ਜੇ ਵੇਖੀਆਂ ਉਹਦਾ ਉਹਨਾਂ ਨੂੰ 5-5 ਰੁਪਏ ਦਿੱਤੇ ਪਿੰਡ ਦੀਆਂ ਹਨ ਜੋ ਉਹਨੇ ਜੋ ਇਕਬਾਲ ਦਾ ਕੰਜਰਾ ਮੈਨੂੰ ਪਿੱਛੀਆਂ ਦੇ ਘਰ ਘਰ ਛੱਡਿਆ ਅੱਛਾ ਹੈ ਚੋਰ ਸੀ ਕੀ ਨਾਂ ਦੱਸਿਆ ਤੁਸੀਂ ਇਹਦਾ ਹਜ਼ਾਰਾ ਸਿੰਘ ਬੈਂਕ ਜਿੰਮੇ ਦਾ ਸੀ ਠੀਕ ਹੈ ਪਰ ਅਸੂਲਾਂ ਦਾ ਪੱਕਾ ਸੀ ਅਸੂਲਾਂ ਦਾ ਪੱਕਾ ਕਿ ਜਿਸ ਪਿੰਡ ਧੀਆਂ ਵੀ ਆਈਆਂ ਉੱਥੇ ਉੱਥੇ ਚੋਰੀ ਨਹੀਂ ਕਰਨੀ ਠੀਕ ਹੋ ਗਿਆ ਨਹੀਂ ਬੰਦਿਆਂ ਦੇ ਅਸੂਲ ਇਹ ਮੈਂ ਬੜਾ ਦੇਖਿਆ ਕਿ ਪੁਰਾਣੇ ਵਕਤਾਂ ਦੇ ਜਿਹੜੇ ਲੋਕ ਸੀ ਨਾ ਅਸੂਲੀ ਸੀ ਅਣਖ ਹੁੰਦੀ ਸੀ ਉਹਨਾਂ ਵਿੱਚ ਬਿਲਕੁਲ ਅਤੇ ਇਹ ਹਜ਼ੂਰਾ ਜਿਹੜਾ ਹੈ ਸੀ ਹਜ਼ਾਰਾ ਸਿੰਘ ਇਹ ਫਿਰ 1947 'ਚ ਚਲਾ ਗਿਆ ਸੀ ਜਾਂ ਉਸ ਤੋਂ ਪਹਿਲਾਂ ਹੀ ਮਰ ਗਿਆ ਇੱਥੇ ਨਹੀਂ ਨਹੀਂ ਟੁਰ ਗਿਆ ਸੀ ਫਿਰ ਉਹ ਇੱਥੇ ਪਾਕਿਸਤਾਨ ਆਇਆ ਹੈ ਅੱਛਾ ਬਜ਼ਾਰੇ ਉਹ ਫੇਰਾ ਸ਼ੇਰਾ ਲਾਇਆ ਹਾਂ ਵੇਖਿਆ ਉਹਨੂੰ ਅੱਛਾ ਆਹੋ ਠੀਕ ਠੀਕ ਹਾਂ 11 ਜੋੜਾਂ ਨੂੰ ਮਿਲਿਆ ਉਹ ਅੱਛਾ ਨਹੀਂ ਉਹਨੇ ਦੱਸਿਆ ਕਿ ਮੈਂ ਹੁਣ ਜਾ ਕੇ ਚੋਰੀਆਂ ਛੱਡ ਦਿੱਤੀਆਂ ਨਹੀਂ ਉੱਥੇ ਵੀ ਕਰਦਾ ਸੀ ਵੀ ਇਹ ਨਹੀਂ ਨਾ ਕੋਈ ਦੱਸਦਾ ਠੀਕ ਹੋ ਗਿਆ ਇੱਥੇ ਆਇਆ ਸੀ ਵਿਆਹ ਸੀ ਕੋਈ ਮਹੀਨਾ ਡੇਢ ਠੀਕ ਹੈ ਪਿੰਡਾਂ 11 ਜੋੜਾਂ ਨੂੰ ਮਿਲਦਾ ਰਿਹਾ ਆਪਣਾ ਅੱਛਾ ਅਤੇ ਜਿਹੜੇ ਇੱਥੋਂ ਅਹਿਮਦਨਗਰ ਦੇ ਖੱਤਰੀ ਸਣ ਹੈ ਉਹਨਾਂ ਦਾ ਕੋਈ ਨਹੀਂ ਪਤਾ ਚੱਲਿਆ ਕੋਈ ਰਾਬਤਾ ਨਹੀਂ ਹੋਇਆ ਦੁਬਾਰਾ ਕਿੱਥੇ ਗਏ ਨੇ ਕਿੱਥੇ ਰਹਿੰਦੇ ਨੇ ਉਹ ਨਹੀਂ ਐਵੇਂ ਪਤਾ ਪਿਆ ਉਹ ਜਿੱਥੇ ਵੀ ਸਾਰੀ ਅਮਰੀਕਾ ਟੁਰ ਗਿਆ ਉਹਨੂੰ ਪਤਾ ਉਹ ਗਿਆ ਸੀ ਅੱਛਾ ਉਹ ਰਿਹਾ ਉੱਥੇ ਕੋਈ ਮਹੀਨਾ ਡੇਢ ਇੰਡੀਆ ਉਹਨੂੰ ਪਤਾ ਸਾਰਾ ਜਿਹੜੇ ਸ਼ਹਿਰ ਹੁੰਦੇ ਹਨ ਅੱਛਾ ਹਾਂ ਠੀਕ ਹੈ ਅਹਿਮਦਨਗਰ ਤੋਂ ਲੋਕਾਂ ਨਾਲ ਵੈਸੇ ਉਹਨਾਂ ਦਾ ਰਾਬਤਾ ਕੋਈ ਨਹੀਂ ਕੋਈ ਕਿਸੇ ਨੇ ਉੱਥੇ ਜਾ ਕੇ ਖਤ ਨਹੀਂ ਲਿਖਿਆ ਨਹੀਂ ਪਹਿਲਾਂ ਜਿਹੜੇ ਲਿਖਿਆ ਹੁਣ ਇਹਦਾ ਵੱਡੇ ਪਹਿਲਾਂ ਤਾਂ ਹੁਣ ਕਿੰਨੇ 60-70 ਸਾਲ ਦੇ ਹੋ ਗਏ ਨੇ ਹਾਂਜੀ 74 ਸਾਲ ਹੋ ਗਏ 74 ਸਾਲ ਹੋ ਗਏ ਨੇ ਠੀਕ ਹੋ ਗਿਆ ਹਾਂ ਅਤੇ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਸਿੱਖ ਜਾਂ ਖੱਤਰੀ ਸਨ ਉਹਨਾਂ 'ਤੇ ਵੀ ਕੋਈ ਕਤਲੋ ਗਾਰਤ ਤਾਂ ਨਹੀਂ ਹੋਈ ਆਰਾਮ ਨਾਲ ਗਏ ਨੇ ਇੱਥੋਂ ਨਹੀਂ ਨਹੀਂ ਆਲੇ ਦੁਆਲੇ ਕੋ ਹੋਇਆ ਵਾਕਿਆ ਕਿਸੇ ਪਿੰਡ 'ਚ ਨਹੀਂ ਇੱਥੇ ਕੋਈ ਵੀ ਵਾਕਿਆ ਹੋਇਆ ਅੱਛਾ ਹਾਂ ਠੀਕ ਚਲੋ ਠੀਕ ਹੈ ਬਾਬਾ ਜੀ ਮਿਹਰਬਾਨੀ ਬਹੁਤ ਸ਼ੁਕਰੀਆ